ਥਾਣਾ ਗੁਰਾਇਆਂ ਦੀ ਪੁਲਿਸ ਨੇ 3 ਕਬੱਡੀ ਖਿਡਾਰੀਆਂ ਨੂੰ ਅਫੀਮ, ਨਸ਼ੀਲੀ ਗੋਲੀਆਂ ਅਤੇ ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਾਇਆ SHO ਕੇਵਲ ਸਿੰਘ ਨੇ ਦੱਸਿਆ ਕਿ ਉਹਨਾਂ ਗਸ਼ਤ ਦੌਰਾਨ ਨਹਿਰ, ਸੂਆ, ਰੁੜਕਾ ਖੁਰ ਤੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸੰਦੀਪ ਸਿੰਘ ਉਰਫ ਕਾਲਾ, ਪੁੱਤਰ ਹਰਪਾਲ ਸਿੰਘ ਵਾਸੀ ਅਵਾਣ, ਥਾਣਾ ਰਾਮਦਾਸ, ਜ਼ਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕੀਤਾ, ਜਿਸ ਪਾਸੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ। ਇਸੇ ਤਰ੍ਹਾਂ SI ਜਗਦੀਸ਼ ਰਾਜ ਨੇ ਗਸ਼ਤ ਦੌਰਾਨ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕੁਮਾਰਪੁਰ ਗੇਟ ਤੋਂ ਪ੍ਰਗਟ ਸਿੰਘ ਔਰ ਵਿੱਕੀ, ਪੁੱਤਰ ਸੁਰੀਪ ਸਿੰਘ ਬਾਸੀ, ਸੋਫੀਆਂ, ਥਾਣਾ ਰਾਮਦਾਸ, ਅੰਮ੍ਰਿਤਸਰ ਨੂੰ ਵੀ ਕਾਬੂ ਕੀਤਾ, ਜਿਸ ਪਾਸੋਂ 3,950 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ASI ਗੁਰਸ਼ਰਨ ਸਿੰਘ ਨੇ ਗਸ਼ਤ ਦੌਰਾਨ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨੇੜੇ ਗਰਾਊਂਡ ਪਿੰਡ ਅੱਟਾ ਤੋਂ ਬਲਜਿੰਦਰ ਸਿੰਘ, ਪੁੱਤਰ ਦਲਵੀਰ ਸਿੰਘ ਬਾਸੀ, ਪਿੰਡ ਅਮਰ ਨਗਰ, ਥਾਣਾ ਦਿਨੇਸ਼ਪੁਰਾ, ਜ਼ਿਲ੍ਹਾ ਊਧਮ ਸਿੰਘ ਨਗਰ, ਉੱਤਰਾਖੰਡ ਨੂੰ ਕਾਬੂ ਕੀਤਾ, ਜਿਸ ਪਾਸੋਂ 350 ਨਸ਼ੀਲੇ ਟੀਕੇ ਬਰਾਮਦ ਕੀਤੇ। ਉਹਨਾਂ ਦੱਸਿਆ ਕਿ 3 ਕਬੱਡੀ ਦੇ ਖਿਡਾਰੀ ਹਨ, ਜਿਨ੍ਹਾਂ ਖਿਲਾਫ਼ ਥਾਣਾ ਗੁਰਾਇਆਂ ਵਿੱਚ ਵੱਖ ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਕਰ ਲਏ ਗਏ ਹਨ। ਗੁਰਾਇਆਂ ਤੋਂ ਰਾਜਕੁਮਾਰ ਨੰਗਲ। PPS SSB ਸਾਹਿਬ ਜਲੰਧਰ ਦਿਹਾਤੀ ਅਤੇ ਰਾਜਵੀਰ ਸਿੰਘ SP ਇਨਵੈਸਟੀਗੇਸ਼ਨ, DSP ਸਬ ਡਿਵੀਜ਼ਨ ਫਲੋਰ ਦਵਿੰਦਰ ਅਤਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੱਲ੍ਹ ਮਿਤੀ 16/7/19 ਨੂੰ ਇੱਕ ਦੋਸ਼ੀ ਸੰਦੀਪ ਕੁਮਾਰ ਉਰਫ ਕਾਲਾ ਕੋਲੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ। ਇਸੇ ਤਰ੍ਹਾਂ ਜਗਦੀਸ਼ ਸਿੰਘ ਸਬ ਇੰਸਪੈਕਟਰ ਨੇ 350 ਨਸ਼ੀਲੇ ਟੀਕੇ ਬਲਜਿੰਦਰ ਸਿੰਘ ਕੋਲੋਂ ਬਰਾਮਦ ਕੀਤੇ। ਇਸੇ ਤਰ੍ਹਾਂ ਗੁਰਸ਼ਰਨ ਸਿੰਘ ASC ਚੌਕੀ ਚਾਰ ਰੁੜਕਾ ਕਲਾਂ ਨੇ 4,950 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਹਨਾਂ ਦੋਸ਼ੀਆਂ ਨੂੰ ਵੱਖ ਵੱਖ ਮੁਕੱਦਮੇ ਦਰਜ ਕਰਕੇ ਅੱਜ ਪੇਸ਼ ਅਦਾਲਤ ਕਰਕੇ 2 ਦਿਨ ਦੇ ਰਿਮਾਂਡ ਹਾਸਲ ਕੀਤਾ, ਜਿਹਨਾਂ ਕੋਲੋਂ ਕਾਫ਼ੀ ਹੋਰ ਰਿਕਵਰੀ ਹੋਣ ਦਾ ਅਨੁਮਾਨ। ਅਫੀਮ ਕਿੱਥੋਂ ਲੈ ਕੇ ਆਇਆ ਸੀ? ਇਹ ਅਫੀਮ ਉੱਤਰਾਖੰਡ ਤੋਂ ਲੈ ਕੇ ਆਇਆ ਸੀ। ਅਫੀਮ ਅਤੇ ਇਹਦੇ ਨਾਲ ਦੇ ਸਾਥੀ ਵੀ ਆਪਣੇ ਵੱਖਰੇ ਵੱਖਰੇ ਟੀਕੇ ਅਤੇ ਗੋਲੀਆਂ ਉੱਤਰਾਖੰਡ ਤੋਂ ਲੈ ਕੇ ਆਏ। ਇਹ ਵੇਚਦੇ ਫਿਰ ਕੇ ਵੇਚਦੇ ਆ, ਕਿਉਂਕਿ ਸਾਡੇ ਏਰੀਏ 'ਚ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਵਗੈਰਾ ਇਹ ਕਬੱਡੀ ਦੇ 3 ਕਬੱਡੀ ਦੇ ਪਲੇਅਰ ਹੈ। ਪਹਿਲਾਂ ਵੀ ਕੋਈ ਪਰਚੇਦਾਰ ਨਹੀਂ? ਨਹੀਂ, ਪਹਿਲਾਂ ਇਹਨਾਂ ਦੇ ਕੋਈ ਪਰਚਾ ਨਹੀਂ। ਇਹਨਾਂ ਦੀ ਕੀਮਤ ਇਹ ਉੱਥੋਂ 2 ਲੱਖ ਰੁਪਏ ਦੀ ਫੀਮ ਅਤੇ 70,000 ਦੇ ਟੀਕੇ, 10,000 ਦੀਆਂ ਗੋਲੀਆਂ ਲੈ ਕੇ ਆਇਆ, ਜਿਹੜੀਆਂ ਇਹ ਮਹਿੰਗੇ ਭਾਅ ਦੇ ਵਿੱਚ ਇਹਨਾਂ ਨੇ ਜਾ ਕੇ ਡਬਲ ਰੇਟ ਵਿੱਚ ਵੇਚੀ। ਨਹੀਂ, ਪੈਦਲ ਸੀਗੇ, ਪੈਦਲ ਬੱਸਾਂ 'ਚ ਉਤਰ ਕੇ ਅਤੇ ਪੈਦਲ ਆਪਣੇ ਗਾਹਕਾਂ ਦੀ ਠੀਕ ਕਰ ਰਹੇ ਸੀ।